ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਯੂਟਿਊਬ ਚੈਨਲ ਘਰ ਦਾ ਵੈਦ ਅਤੇ ਮੈਂ ਹਾਂ ਤੁਹਾਡੀ ਦੋਸਤ ਸੁਖਜੀਤ ਕੌਰ। ਅੱਜ ਅਸੀਂ ਜਾਣਾਂਗੇ ਕਿ ਗਠੀਏ ਦੀ ਬਿਮਾਰੀ ਕੀ ਹੈ, ਇਹ ਬਿਮਾਰੀ ਦੇ ਕਾਰਨ ਕੀ ਹਨ ਅਤੇ ਕਿਸ ਕਿਸ ਲੱਛਣ ਤੋਂ ਪਤਾ ਲਗਾਇਆ ਜਾ ਸਕਦਾ ਹੈ ਅਤੇ ਇਸ ਦੇ ਹੋਣ ਤੋਂ ਰੋਕਣ ਲਈ ਕੀ ਘਰੇਲੂ ਉਪਚਾਰ ਕਰ ਸਕਦੇ ਹਾਂ। ਗਠੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਮਰੀਜ਼ ਨੂੰ ਅਸਹਿ ਦਰਦ ਹੁੰਦਾ ਹੈ। ਗਠੀਏ ਦਾ ਦਰਦ ਇੰਨੀ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਕਿ ਵਿਅਕਤੀ ਕੋਈ ਵੀ ਕੰਮ ਕਰਨ ਤੋਂ ਅਸਮਰਥ ਹੋ ਜਾਂਦਾ ਹੈ। ਗਠੀਏ ਦੇ ਕਾਰਨ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਜਦੋਂ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਤਾਂ ਸਾਨੂੰ ਜੋੜਾਂ ਦੇ ਦਰਦ, ਹੱਥਾਂ ਅਤੇ ਪੈਰਾਂ ਦੀ ਸੋਜ ਅਤੇ ਉੱਠਣ ਬੈਠਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਗਠੀਏ ਦੇ ਦਰਦ ਨੂੰ ਹਲਕੇ ਤਰੀਕੇ ਨਾਲ ਨਹੀਂ ਲਿਆ ਜਾ ਸਕਦਾ। ਗਠੀਆ ਮੂਲ ਰੂਪ ਵਿੱਚ ਪ੍ਰੋਟੀਨ ਨਮਕ ਪ੍ਰੋਟੀਨ ਦੇ ਪਾਚਕ ਵਿਗਿਆਨ ਦੇ ਕਾਰਨ ਹੁੰਦਾ ਹੈ। ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਜਦੋਂ ਕੋਈ ਵਿਅਕਤੀ ਬੈਠ ਜਾਂਦਾ ਹੈ ਜਾਂ ਕੁਝ ਸਮੇਂ ਲਈ ਸੌਂ ਜਾਂਦਾ ਹੈ ਤਾਂ ਉਹੀ ਯੂਰਿਕ ਐਸਿਡ ਜੋੜਾਂ ਵਿੱਚ ਇਕੱਠਾ ਹੋ ਜਾਂਦਾ ਹੈ। ਜਦੋਂ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਗਠੀਏ ਦਾ ਰੂਪ ਧਾਰਨ ਕਰ ਲੈਂਦੀ ਹੈ। ਸੋ ਦੋਸਤੋ, ਆਓ ਜਾਣਦੇ ਹਾਂ ਕਿ ਗਠੀਏ ਹੋਣ ਦੇ ਕਾਰਨ ਕੀ ਹਨ। ਨੰਬਰ 1, ਆਮ ਤੌਰ 'ਤੇ ਕਸਰਤ ਦੀ ਘਾਟ ਹੋਣਾ। ਨੰਬਰ 2, ਹਰ ਰੋਜ਼ ਘੰਟਿਆਂ ਬੱਧੀ ਇੱਕ ਜਗ੍ਹਾ 'ਤੇ ਬੈਠੇ ਰਹਿਣਾ। ਨੰਬਰ 3, ਬਹੁਤ ਜ਼ਿਆਦਾ ਮੋਟਾਪੇ ਦੇ ਕਾਰਨ। ਨੰਬਰ 4, ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵਧੇਰੇ ਮਾਤਰਾ ਵਿੱਚ ਸੇਵਨ। ਨੰਬਰ 5, ਜੋੜਾਂ ਦੀ ਸੱਟ ਲੱਗਣ ਕਾਰਨ ਜੋੜਾਂ ਦਾ ਦਰਦ ਹੋਣਾ। ਗਠੀਆ ਜਾਂ ਜੋੜਾਂ ਦਾ ਦਰਦ ਅਕਸਰ ਜ਼ਿਆਦਾ ਸਮੇਂ 'ਤੇ ਖਾਣ ਪੀਣ ਨਾਲ ਹੁੰਦਾ ਹੈ। ਕਈ ਵਾਰ ਇਹ ਬਿਮਾਰੀ ਵੀ ਪਿੱਤਰ ਹੁੰਦੀ ਹੈ। ਹਾਲਾਂਕਿ ਇਹ ਬਿਮਾਰੀ ਬੱਚਿਆਂ ਨੂੰ ਵੀ ਹੋ ਸਕਦੀ ਹੈ, ਪਰ ਜ਼ਿਆਦਾ ਇਸ ਦਾ ਵਿਕਾਸ ਮਿੱਟੀ ਵਿੱਚ ਹੁੰਦਾ ਹੈ। ਆਓ ਜਾਣੀਏ ਗਠੀਏ ਹੋਣ ਦੇ ਲੱਛਣ ਕੀ ਹਨ, ਕਿ ਸਾਨੂੰ ਪਤਾ ਕਿਵੇਂ ਲੱਗ ਸਕੇ ਕਿ ਅਸੀਂ ਇਸ ਬਿਮਾਰੀ ਦੇ ਸ਼ਿਕਾਰ ਹੈ ਵੀ ਹਾਂ ਜਾਂ ਨਹੀਂ। ਨੰਬਰ 1, ਮਾਸਪੇਸ਼ੀ ਵਿੱਚ ਦਰਦ, ਥਕਾਵਟ ਅਤੇ ਸਰੀਰ ਦੀ ਤੰਗੀ ਹੋਣਾ। ਨੰਬਰ 2, ਜੋੜਾਂ ਦੀ ਸੋਜ। ਨੰਬਰ 3, ਭੁੱਖ ਘੱਟ ਲੱਗਣਾ ਅਤੇ ਭਾਰ ਘਟਣ ਲੱਗ ਜਾਂਦਾ ਹੈ। ਨੰਬਰ 4, ਸਰੀਰ ਦਾ ਤਾਪਮਾਨ ਵਧਣਾ। ਨੰਬਰ 5, ਸੁੱਜੀਆਂ ਅੱਖਾਂ। ਨੰਬਰ 6, ਜੋੜਾਂ ਦੇ ਦੁਆਲੇ ਸਰਕੂਲਰ ਗੰਢਾਂ ਦਾ ਉਭਾਰ ਹੋਣਾ। ਨੰਬਰ 7, ਕਮਜ਼ੋਰੀ ਮਹਿਸੂਸ ਹੋਣਾ। ਨੰਬਰ 8, ਚਮੜੀ 'ਤੇ ਧੱਫੜ ਹੋਣਾ। ਨੰਬਰ 9, ਥਕਾਵਟ। ਨੰਬਰ 10, ਚਮੜੀ 'ਤੇ ਸਰੀਰਕ ਵਿਗਾੜ, ਪਿੰਨ ਅਤੇ ਸੂਈਆਂ ਦੀ ਸਨਸਨੀ ਹੋਣਾ। ਸੋ ਦੋਸਤੋ, ਜਾਣਦੇ ਹਾਂ ਕਿ ਗਠੀਏ ਦੀ ਬਿਮਾਰੀ ਤੋਂ ਬਚਿਆ ਕਿਵੇਂ ਜਾ ਸਕਦਾ ਹੈ। ਨੰਬਰ 1, ਖੱਟੇ ਫਲਾਂ ਅਤੇ ਖੱਟੇ ਖਾਣੇ ਜਿਵੇਂ ਦਹੀਂ, ਮੱਖਣ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 2, ਖੰਡ ਨਾਲ ਭਰਪੂਰ ਭੋਜਨ ਖਾਣ ਨਾਲ ਸਰੀਰ ਵਿੱਚ ਸੋਜਿਸ਼ ਆਉਂਦੀ ਹੈ ਜੋ ਗਠੀਏ ਦੇ ਦਰਦ ਨੂੰ ਵਧਾਉਂਦੀ ਹੈ। ਇਸ ਲਈ ਚੋਕਲੇਟ, ਕੈਂਡੀ, ਸਟੋਫ ਡਰਿੰਕ ਅਤੇ ਸੋਡਾ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੰਬਰ 3, ਖਾਣੇ ਸਮੇਂ ਨਮਕ ਤਾਂ ਖਾਧਾ ਹੀ ਜਾਂਦਾ ਹੈ, ਪਰ ਇਸ ਵਿੱਚ ਜੇ ਤੁਸੀਂ ਕਾਲਾ ਨਮਕ ਜਾਂ ਗੁਲਾਬੀ ਨਮਕ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਵਧੇਰੇ ਫਾਇਦਾ ਹੋਵੇਗਾ। ਨੰਬਰ 4, ਫਾਸਟ ਫੂਡ ਜਿਵੇਂ ਕਿ ਪੀਜ਼ਾ, ਬਰਗਰ, ਪਨੀਰ, ਰੋਟੀ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਨਾਂ ਵਿੱਚ ਮਾਇਡਾ ਵੀ ਹੁੰਦਾ ਹੈ ਅਤੇ ਮੱਖਣ ਵੀ ਇਹਨਾਂ ਨੂੰ ਤਿਆਰ ਕਰਨ ਵਿੱਚ ਵਰਤਿਆ ਜਾਂਦਾ ਹੈ। ਇਹ ਦੋਵੇਂ ਗਠੀਏ ਦੇ ਰੋਗੀਆਂ ਲਈ ਹੌਲੀ ਹੌਲੀ ਜ਼ਹਿਰ ਦਾ ਕੰਮ ਕਰਦੇ ਹਨ। ਨੰਬਰ 5, ਠੰਡੇ ਚੀਜ਼ਾਂ ਦਾ ਸੇਵਨ ਨਾ ਕਰੋ। ਗਠੀਏ ਦੇ ਰੋਗ ਤੋਂ ਬਚਣ ਲਈ ਅਸੀਂ ਘਰੇਲੂ ਉਪਾਅ ਵੀ ਕਰ ਸਕਦੇ ਹਾਂ ਜੋ ਕਿ ਇਸ ਪ੍ਰਕਾਰ ਹਨ। ਨੰਬਰ 1, ਬਾਥੂ ਇੱਕ ਕਿਸਮ ਦਾ ਸਾਗ ਹੈ ਜਿਸ ਦੀ ਸਬਜ਼ੀ ਤਿਆਰ ਕਰੋ ਅਤੇ ਖਾਓ। ਇਸ ਦੇ ਤਾਜ਼ੇ ਪੱਤਿਆਂ ਦੀ ਮਦਦ ਨਾਲ ਤੁਸੀਂ ਗਠੀਏ ਦੇ ਦਰਦ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਤੁਹਾਨੂੰ 15 ਗ੍ਰਾਮ ਬਾਥੂ ਦੇ ਪੱਤਿਆਂ ਦਾ ਰਸ ਲੈਣਾ ਚਾਹੀਦਾ ਹੈ। ਇਸ ਰਸ ਨੂੰ ਖਾਲੀ ਪੇਟ ਪੀਣ ਨਾਲ ਗਠੀਏ ਦੇ ਦਰਦ ਤੋਂ ਸਦਾ ਲਈ ਰਾਹਤ ਮਿਲਦੀ ਹੈ। ਨੰਬਰ 2, ਐਲੋਵੇਰਾ ਦੀ ਵਰਤੋਂ ਗਠੀਏ ਦੇ ਦਰਦ ਤੋਂ ਵੀ ਰਾਹਤ ਦਿਵਾ ਸਕਦੀ ਹੈ। ਇਸ ਦੇ ਲਈ ਐਲੋਵੇਰਾ ਦੇ ਪੱਤੇ ਕੱਟੋ ਅਤੇ ਇਸ ਨੂੰ ਦਰਦਨਾਕ ਜਗ੍ਹਾ 'ਤੇ ਲਗਾਓ, ਦਰਦ ਤੋਂ ਰਾਹਤ ਮਿਲੇਗੀ। ਨੰਬਰ 3, ਆਲੂ ਦੇ ਰਸ ਨਾਲ ਵੀ ਗਠੀਏ ਦੇ ਦਰਦ ਵਿੱਚ ਰਾਹਤ ਮਿਲਦੀ ਹੈ। ਰੋਜ਼ਾਨਾ 100 ਮਿਲੀਲੀਟਰ ਜੂਸ ਦਾ ਸੇਵਨ ਕਰੋ ਅਤੇ ਤੇਜ਼ੀ ਨਾਲ ਲਾਭ ਮਿਲੇਗਾ। ਨੰਬਰ 4, ਅੱਕ ਦੇ ਗਰਮ ਪੱਤੇ ਬੰਨ੍ਹ ਕੇ ਗਠੀਏ ਦੇ ਦਰਦ ਠੀਕ ਹੋ ਸਕਦਾ ਹੈ। ਨੰਬਰ 5, ਅਮਰੂਦ ਦੀਆਂ ਪੱਤੀਆਂ ਨੂੰ ਕੁਚਲ ਕੇ ਇੱਕ ਮਿੱਝ ਬਣਾ ਲਓ ਅਤੇ ਇਸ ਨੂੰ ਗਠੀਏ ਦੀ ਸੋਜਿਸ਼ 'ਤੇ ਲਗਾਉਣ ਨਾਲ ਸੋਜ ਤੋਂ ਰਾਹਤ ਮਿਲਦੀ ਹੈ। ਨੰਬਰ 6, ਸੋਜ ਅਤੇ ਗਠੀਏ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਸ ਵਿੱਚ ਸਰੋਂ ਦੇ ਤੇਲ ਦਾ ਕੋਈ ਮੁਕਾਬਲਾ ਨਹੀਂ ਹੈ। ਲਸਣ ਦੀਆਂ ਕੁਝ ਕਲੀਆਂ ਲਓ
सरों के तेल में उबालो तो इस दर्द वाली जगह पर लगवाओ, दर्द तो राहत मिलेगी। नंबर 7, लसुन का तेल गर्म करो और इस विच प्याज का रस मिलाओ और इस नूं जोड़ां ते रगड़ो। इस तों बाद इस नूं प्लास्टिक कवर नाल ढक के अते गर्म तौलिए नाल लपेटो। हर रोज़ सौण तों पहलां ये उपचार करो, इस नाल बहुत लाभ होवेगा। सो दोस्तो, जे तुहानूं लगता है कि तुसी गठिए दे लक्षण देख रहे हो तो घरेलू उपचार नाल भी तुहानूं कोई फर्क नहीं पै रहा, तां तुहानूं एक बार डॉक्टर नूं मिलना चाहिए है तां जो असल कारण की पछाण हो सके अते उचित समय इलाज हो सके। अगर तुहानूं साडा ये वीडियो वधिया लगा होवे तां लाइक शेयर ते कमेंट जरूर करना अते चैनल नूं सबसक्राइब करना ना भुलना। धन्यवाद।